dando un sacrificio e mi consiglio di sentire me poi a credo di me vai con quanto è via e lo dico che non è una prima meglio quelli piagri e che te quanto ci guarda un sama bene e 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 ਕਿਉਂਕਿ ਬਹੁਤਾ ਸਮਾਂ ਅੱਗੇ ਵੀ ਮੈਂ ਲੈ ਲਿਆ ਹੈ ਹੁਣ ਮੈਂ ਆਪ ਜੀ ਸਿਰਫ 5 ਮਿੰਟ ਟੇਕ ਲੈਣਾ ਮੇਰੇ ਫਾਦਰ ਸਾਹਿਬ ਯਾਨੀ ਬਲਵਿੰਦਰ ਸਿੰਘ ਉਹਨਾਂ ਦੀ ਲਿਖੀ ਹੋਈ ਕਵਿਤਾ ਹੈ ਮੇਰਾ ਚਿੱਤ ਕਰਦਾ ਮੈਂ ਆਪ ਜੀ ਨੂੰ ਸੁਣਾਵਾਂ 26 ਸਾਲ ਹੋ ਗਏ ਉਹਨਾਂ ਨੂੰ ਅੱਜ ਦੁਨੀਆ ਤੋਂ ਗਿਆ ਹੋਇਆ ਅਸੀਂ ਛੋਟੇ ਛੋਟੇ ਬੋਲਦੇ ਸੀ ਰਾਣਾ ਪੰਮਾ ਤੁਸੀਂ ਸਰਵਰ ਕਰਦੇ ਸੀ ਟੀਵੀ 'ਚ ਵੀ ਜਾਣ ਦਾ ਬੜੀ ਕਿਰਪਾ ਸੀ ਵਾਹਿਗੁਰੂ ਦੀ ਪਰ ਜਦੋਂ ਪਿਤਾ ਚੜ੍ਹਾਈ ਕਰਕੇ ਇਹਨੂੰ ਫਿਰ ਨਹੀਂ ਕੋਈ ਪੁੱਛਦਾ ਜੀ ਮੈਂ ਤਾਂ ਸਾਰੀ ਜਗ੍ਹਾ ਆਖਦਾ 2-4 ਦਿਨ 10 ਦਿਨ ਅਸੀਂ ਸਾਰੀ ਰੌਲਾ ਪਾਉਂਦੇ ਹਾਂ ਪਰ ਸੱਚ ਜੇ ਧੀਆਂ ਨੂੰ ਪਿਓ ਹੀ ਪੁੱਛਦਾ ਜੀ ਜਿੱਦਣ ਪਿਓ ਚਲਿਆ ਜਾਂਦਾ ਹੈ ਮਾਂ ਚਲੀ ਜਾਂਦੀ ਫਿਰ ਪੇਕੇ ਨਹੀਂ ਫਿਰ ਰਿਸ਼ਤੇਦਾਰੀਆਂ 'ਚ ਤਬਦੀਲ ਹੋ ਜਾਂਦਾ ਆਓ ਸਿਰਫ 3-4 ਮਿੰਟ ਦਾ ਇਹ ਗੀਤ ਹੈ ਮਾਂ ਪਿਓ ਦਾ ਸੁਣਾ ਕੇ ਉਹਨਾਂ ਦਾਸਾਂ ਦੀ ਸਮਾਪਤੀ ਹੈ ਆਓ ਸਾਰੇ ਜਣ ਸਰਵਨ ਕਰੋ ਮਾਪਿਆਂ ਦੇ ਨਾਲ ਹੁੰਦੀ ਸਾਂਝ ਪੇਕਿਆਂ ਦੇ ਘਰ
ਵਾਰੀ ਉਹਨਾਂ ਦਾ ਲਿਖਿਆ ਹੋਇਆ ਹੈ। ਸੇਵਾ ਕਰੂਗਾ ਸੋਚ ਪੜੀਏ ਕੀਰਤਨ ਦੀ ਸਮਾਪਤੀ।